ਬੋਮੀ ਫੈਰ ਹਾਂਜੀ ਆ ਗਏ ਨੇ ਭਾਵੇਂ ਮੈਂ ਕਰ ਲੈਣਾ ਗੱਲ ਓਏ ਖੈਰ ਕੀ ਗੱਲ ਪਰੇਸ਼ਾਨ ਬੈਠਾ ਖੈਰ ਤੇ ਭਾਵੇਂ ਨਹੀਂ ਹੈਗੀ ਹੁਣ ਉਹ ਤੇ ਤੇਰੇ ਨਾਲ ਕਦੀ ਵੀ ਨਹੀਂ ਹੋਈ ਇਹਨਾਂ ਮੇਰੀ ਜ਼ਿੰਦਗੀ ਨੂੰ ਘੇਰਾ ਪਾ ਲਿਆ ਪਰੇਸ਼ਾਨੀਆਂ ਨੇ ਤੁਹਾਡੀ ਵੀ ਮੰਨੀ ਮਾਂ ਜੀ ਦੀ ਮੰਨੀ ਤੁਹਾਡੀ ਮੰਨ ਕੇ ਮੈਂ ਸਭ ਕੁਝ ਕੀਤਾ ਅੱਜ ਮੈਨੂੰ ਅਜ਼ਾਬ ਬਣਿਆ ਮੇਰੀ ਜ਼ਿੰਦਗੀ ਦਾ ਤੇਰਾ ਵਿਆਹ ਕਰਤਾ ਤੇਰਾ ਘਰ ਵਸਾਤਾ ਹੋਰ ਤੇਰਾ ਬੂਆ ਖੁੱਲ ਗਿਆ ਹੋਰ ਤੇਨ ਵੀ ਕਰੀਏ ਉਹ ਚੰਗਾ ਮੇਰਾ ਬੂਆ ਖੋਲਿਆ ਜਿਹੜੀ ਮੇਰੇ ਕੋਲ ਟਿਕਦੀ ਨਹੀਂ ਇਹ ਕਿਹੜਾ ਬੂਆ ਤੁਸੀਂ ਮੇਰਾ ਖੋਲਿਆ ਤੁਸੀਂ ਤਾਂ ਮੈਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਹੋਇਆ ਕੀ ਇਹ ਫੇਰ ਲੜ ਪਏ ਦੋਵੇਂ ਪੁੱਛੋ ਕੀ ਨਹੀਂ ਹੋਇਆ ਪੁੱਛੋ ਕੀ ਨਹੀਂ ਹੋਇਆ ਤੇ ਜਿਹੜਾ ਨਹੀਂ ਨਾ ਹੋਇਆ ਉਹ ਦੱਸ ਮੈਨੂੰ ਕੀ ਨਹੀਂ ਹੋਇਆ ਲੋਕਾਂ ਦੇ ਘਰਾਂ 'ਚ ਇੰਨੀਆਂ ਖੁਸ਼ੀਆਂ ਹਾਸੇ ਖੇਡ ਮੇਰੇ ਘਰ ਵਿਰਾਨੀਆਂ ਪਈਆਂ ਹੋਈਆਂ ਮੈਂ ਤੁਹਾਨੂੰ ਕੀ ਦੱਸਾਂ ਕਬਰਸਤਾਨ ਦੀ ਰਹਿਸ਼ ਕਰ ਲਈ ਕਬਰਸਤਾਨ ਵਾਲਾ ਹਿਸਾਬ ਹੀ ਇਹ ਕਬਰਸਤਾਨ ਵਾਲਾ ਹਿਸਾਬ ਹੀ ਹੁਣ ਕੋਈ ਦੱਸੇਗਾ ਮੈਨੂੰ ਤਾਂ ਗੱਲ ਦਾ ਪਤਾ ਲੱਗੇਗਾ ਮੈਨੂੰ ਹੋਰ ਵੀ ਕੰਮ ਨੇ ਯਾਰ ਮੂਵੀ ਅੱਛਾ ਤੁਹਾਨੂੰ ਕੰਮ ਨੇ ਉਹ ਮੇਰੀ ਜ਼ਿੰਦਗੀ ਨੇ ਐਸੇ ਮੇਰੇ ਸਾਰੇ ਕੰਮ ਛੁੱਟ ਗਏ ਨੇ ਕੀ ਤੁਸੀਂ ਮੈਨੂੰ ਸ਼ਾਇ ਲੈ ਕੇ ਦੇਤੀ ਮੇਰੀ ਜ਼ਿੰਦਗੀ ਤਬਾਹੀਆਂ ਪੈ ਗਈਆਂ ਤੁਸੀਂ ਕੰਮ ਕਰ ਲਓ ਤੇ ਮੈਂ ਘਰ ਵਿਹਲਾ ਬੈਠਾ ਮੈਂ ਗੱਲਾਂ ਸੁਣਨ ਤੇ ਬਸ ਮੈਂ ਤੈਨੂੰ ਕਾਲੀਆਂ ਤਬਾਹੀਆਂ ਪੈ ਗਈਆਂ ਤੈਨੂੰ ਬੀਵੀ ਲੈ ਕੇ ਦਿੱਤੀ ਤੈਨੂੰ ਸੱਪ ਲਿਆਤਾ ਸੀ ਸੱਪ ਹੀ ਇਹ ਸੱਪ ਹੀ ਇਹ ਮੈਨੂੰ ਗੱਲ ਦਾ ਜਵਾਬ ਦਿਓ ਤੁਸੀਂ ਹਾਂ ਮੈਂ ਆਪਣੇ ਸਹੁਰਿਆਂ ਦੀ ਕੋਈ ਗੱਲ ਅਜੇ ਤੱਕ ਛੱਡੀ ਨਹੀਂ ਕੋਈ ਖੁਸ਼ੀ ਗਮੀ ਛੱਡੀ ਤਾਂ ਨਹੀਂ ਛੱਡੀ ਸਾਲ ਜਿਹੜਾ ਤਾਂ ਮੈਂ ਗਿਆ ਗਿਆ ਛੋਟੇ ਮੁੰਡੇ ਦੀ ਮੰਗਣੀ ਤੇ ਮੈਂ ਗਿਆ ਵੱਡੇ ਤਾਏ ਬਰੇ ਤੇ ਮੈਂ ਗਿਆ ਉਹਨਾਂ ਦੇ ਤੇ ਆਹੋ ਹੈ ਫਤਾ ਕਿ ਗਵਾਂਢੀਆਂ ਘਰ ਫੌਤਗੀ ਹੋਈ ਤੇ ਮੈਨੂੰ ਫੋਨ ਕੀਤਾ ਮੇਰੇ ਸਾਰਿਆਂ ਨੇ ਤੇ ਮੈਂ ਚਲਾ ਗਿਆ ਬੜੀ ਦੂਰ ਤੱਕ ਸਹੁਰੇ ਨਿਭਾ ਰਿਆ ਤੂੰ ਤੇ ਓਏ ਹੋਏ ਤੇ ਜੋ ਮੇਰੇ ਨਾਲ ਹੋਈ ਹੈ ਉਹ ਤਾਂ ਸੋਚੋ ਨਾ ਤੁਸੀਂ ਮੇਰੇ ਖੁਸ਼ੀ ਗਮੀ ਕਦੀ ਛੱਡੀ ਤੇ ਤੂੰ ਨਹੀਂ ਸੋਚ ਮੈਂ ਅੱਜ ਤੱਕ ਨਹੀਂ ਖੁਸ਼ੀ ਗਮੀ ਛੱਡੀ ਮੱਲਾ ਗਵਾਏ ਤੁਸੀਂ ਵੀ ਗਵਾਜੇ ਮਾਂ ਜੀ ਵੀ ਗਵਾਏ ਕਾਕਾ ਹੁਣ ਕਿਹੜੀ ਗੱਲ ਹੋਈ ਪਤਾ ਲੱਗੇਗਾ ਕਿਸੇ ਗੱਲ ਦਾ ਕਿਸੇ ਬੰਦੇ ਨੂੰ ਲਾਏਗਾ ਕਿ ਨਹੀਂ ਸੁਣ ਲਓ ਸਾਲੇ ਮੇਰੇ ਦਾ ਵਿਆਹ ਸੀ ਪਤਾ ਤੁਹਾਨੂੰ ਉਹ ਪਤਾ ਮੈਨੂੰ ਮੈਂ ਮੈਰੀ ਜਾਣਾ ਮੈਂ ਵੀ ਜਾਣਾ ਹਾਂ ਤੇ ਚਲੇਗੀ ਛੱਡ ਕੇ ਮੈਨੂੰ ਤੁਹਾਡਾ ਚਵੀ ਕਹਿੰਦੇ ਤੋਂ ਅੱਜ ਕਹਿੰਦਾ ਛਾਪਾ ਮੁੱਕਦਾ ਨਹੀਂ ਯਾਰ ਕੁਛ ਨਾ ਪੁੱਛੋ ਤਰਿਆਂ ਦੇ ਦੋ ਫਕਰ ਉਹ ਨਹੀਂ ਅੱਗੋਂ ਪੁੱਛੀ ਤਾਂ ਹੁੰਦਾ ਪਾਏ ਨਾ ਕਿ ਕੀ ਹੋਇਆ ਆਪੇ ਤੇ ਕਹਿ ਕੁਛ ਨਾ ਪੁੱਛੋ ਤੇ ਮੈਂ ਕਿ ਠੀਕ ਹੈ ਨਹੀਂ ਨਹੀਂ ਕੀ ਬਸ ਉਹੀ ਜ਼ਿੰਦਗੀ ਅਜ਼ਾਬ ਹੈ ਪਾਏ ਨਾ ਮੇਰੇ ਕੋਲ ਲਫ਼ਜ਼ ਨਹੀਂ ਹੈ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿ ਮੈਨੂੰ ਇੰਨਾ ਸਫ਼ਰ ਕਰਕੇ ਆਇਆ ਸਭ ਨੂੰ ਸਿਰਫ ਇਹ ਦੱਸਣਾ ਆਇਆ ਕਿ ਜ਼ਿੰਦਗੀ ਅਜ਼ਾਬ ਹੈ ਮੇਰੇ ਕੋਲ ਅਲਫਾਜ਼ ਨਹੀਂ ਇਹ ਮੈਨੂੰ ਮੈਸੇਜ ਕਰ ਦੇ ਕਿ ਪਾਏ ਨਾ ਗੱਲ ਮੈਂ ਚਾਹੁੰਦਾ ਸੀ ਮੈਂ ਆਪਣੇ ਭਾਈ ਦੇ ਕੋਲ ਆ ਕੇ ਦੱਸਾਂ ਕਿ ਮੇਰੀ ਜ਼ਿੰਦਗੀ 'ਚ ਕੀ ਹੋ ਰਿਹਾ ਹੁਣ ਪਤਾ ਲੱਗੇਗਾ ਉਹ ਵੀ ਦੱਸੇਗਾ ਤੇ ਪਤਾ ਲੱਗੇਗਾ ਕੀ ਹੋ ਰਿਹਾ ਯਾਰ ਲੜਕੇ ਚਲੀ ਗਈ ਮੇਰੇ ਨਾਲ ਹੈ ਲੜਕੇ ਚਲੀ ਗਈ ਮੇਰੇ ਨਾਲ ਲੜਕੇ ਗਈ ਹਾਂਜੀ ਤੂੰ ਖੁਸ਼ ਨਸੀਬ ਆਦਮੀ ਹੈ ਲੜਕੇ ਗਈ ਹੈ ਇਹ ਖੁਸ਼ੀ ਨਾਲ ਜਾਣ ਤੇ ਚੰਗਾ ਪਹਿਲਾਂ ਖਰਚਾ ਕਰਾ ਕੇ ਜਾਂਦੀਆਂ ਪਾਗਲ ਤੇ ਨਹੀਂ ਉਹ ਲੜਕੇ ਵੀ ਮੇਰਾ ਖਰਚਾ ਹੀ ਕਰਾ ਕੇ ਗਈ ਹੈ ਮੇਰੀ ਜ਼ਿੰਦਗੀ ਬਰਬਾਦ ਕਰ ਗਈ ਹੈ ਭਾਇਨ ਮੈਂ ਤੁਹਾਨੂੰ ਦੱਸ ਨਹੀਂ ਜੀ ਸਕਦਾ ਕਿ ਕੀ ਹੋ ਗਿਆ ਜੀ ਮੇਰੇ ਨਾਲ ਨਹੀਂ ਦੱਸ ਸਕਦਾ ਨਹੀਂ ਜੀ ਜਦੋਂ ਪਹਿਲੇ ਬੰਦਾ ਫੜ ਲਿਆ ਜਿਹੜਾ ਮੈਨੂੰ ਦੱਸ ਸਕਦਾ ਨਾ ਸਾਰੀ ਗੱਲ ਮੈਂ ਸੁਣਾ ਤਾਂ ਸਹੀ ਗੱਲ ਕੀ ਉਹ ਬੰਦਾ ਮੈਂ ਜੂ ਦੱਸਣ ਵਾਸਤੇ ਆ ਗਿਆ ਕਾਕਾ ਮੈਨੂੰ ਦੱਸੇਗਾ ਜੇ ਪਤਾ ਲੱਗੇਗਾ ਦਾਸਤਾਨ ਕੱਖ ਨਹੀਂ ਜੇ ਰਿਹਾ ਮੇਰਾ ਅੱਛਾ ਇਹ ਨਾ ਬੜੀ ਪੁਰਾਣੀ ਗੱਲ ਹੈ ਤੈਨੂੰ ਅਹਿਸਾਸ ਹੋਣ ਹੋਇਆ ਤੇਰਾ ਹੈ ਹੀ ਕੱਖ ਨਹੀਂ ਹੈ ਉਜਾੜੇ ਪਾ ਗਈ ਮੇਰੀ ਜ਼ਿੰਦਗੀ ਦੇ ਤੇਰੀ ਫਸਲ ਵੱਢ ਗਈ ਸਾਰੀ ਕੀ ਹੋਇਆ ਉਹ ਫਸਲ ਹੀ ਵੱਢ ਦਿੱਤੀ ਤੇ ਮੈਨੂੰ ਇੰਨਾ ਦੁੱਖ ਨਹੀਂ ਸੀ ਹੋਣਾ ਹਾਂ ਬਸ ਉਹੋ ਹੀ ਕੀਤਾ ਉਹਨੇ ਉਹ ਕਾਕਾ ਉਹ ਯਾਰ ਉਹਨੇ ਕੀਤਾ ਕੀ ਮੈਨੂੰ ਪਤਾ ਲੱਗੇ ਪੁੱਤਰ ਲੜੇ ਉਹ ਦੋਵੇਂ ਜੀ ਗੱਲ ਦੱਸ ਮੈਨੂੰ ਪਤਾ ਲੱਗੇ ਕਸੂਰ ਕੇ ਦਾ ਫਿਰ ਇਹ ਗੱਲ ਨਹੀਂ ਕੀ ਨਹੀਂ ਕੀਤਾ ਉਹਨੇ ਕੀ ਨੂਮਾ ਲਾ ਲਈਆਂ ਉਹਨੇ ਹਾਂ ਕਾਰੋਬਾਰ ਸ਼ੁਰੂ ਕਰ ਲਿਆ ਸਟਾਲ ਲਾ ਲਿਆ ਕਦੇ ਕੀ ਕੀਤਾ ਉਹਨੇ ਇਹ ਵੀ ਕੀਤਾ ਹੁੰਦਾ ਤੇ ਕੋਈ ਗੱਲ ਨਹੀਂ ਅੱਲਾ ਉਹ ਇਸ ਤੋਂ ਗਾਹ ਕਰ ਗਈ ਜੇ ਤੁਹਾਡੇ ਮੁੰਡੇ ਨਾਲ ਇਸ ਤੋਂ ਵੀ ਗਾਹ ਕਰ ਗਈ ਇਸ ਤੋਂ ਵੀ ਗਾਹ ਕਰ ਗਈ ਓਏ ਹੋਏ ਫਿਰ ਤੇ ਗੱਲ ਬੜੀ ਦੂਰ ਨਿਕਲ ਗਈ ਬੜੀ ਦੂਰ ਪਾਇਨ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਸ ਯਾਰ ਤੂੰ ਦੱਸ ਹੀ ਨਹੀਂ ਸਕਦਾ ਤੇ ਮੇਰੇ ਕੋਲ ਲੈਣ ਕੀ ਹੈ ਮੇਰਾ ਬਾਈ ਤੁਸੀਂ ਕੀਤਾ ਸੀ ਤੁਸੀਂ ਕੀਤਾ ਸੀ ਬੜਾ ਕੰਮ ਕੀਤਾ ਪਹਿਲਾਂ ਤਾਂ ਸਾਰੀ ਜ਼ਿੰਦਗੀ ਨਹੀਂ ਸੀ ਹੋਣਾ ਤੇਰਾ ਖਾਣਾ ਖਰਾਬ ਦਿਆ ਪੁੱਤਰਾ ਜੋ ਤੇਰੇ ਹਾਲਾਤ ਸੀ ਮੈਂ ਤੁਹਾਡੀ ਮੰਨੀ ਮੈਂ ਮਾਂ ਜੀ ਦੀ ਮੰਨੀ ਹੁਣ ਜੋ ਮੇਰੇ ਨਾਲ ਅੱਜ ਹੋ ਗਈ ਨਾ ਉਹ ਯਾਰ ਹੋਇਆ ਕੀ ਹੈ ਤੇਰੇ ਨਾਲ ਛੱਡ ਦਿਓ ਪੰਜ ਛੱਡ ਦਿਓ ਬਸ ਛੱਡ ਦਿਓ ਜੇ ਤੂੰ ਇਹਨਾਂ ਜ਼ੋਰ ਦਿੰਦਾ ਤਾਂ ਮੈਂ ਛੱਡ ਦਿੰਦਾ ਠੀਕ ਉਹ ਨਹੀਂ ਬਹਿ ਜਾਓ ਮੇਰਾ ਮਸਲਾ ਹੱਲ ਕਰਾ ਕੇ ਜਾਓ ਕੱਲ ਨੂੰ ਦੁਨੀਆ ਵੇਖੇਗੀ ਕਿ ਮੇਰੇ ਨਾਲ ਕੀ ਬਣਿਆ ਹੁਣ ਮੈਨੂੰ ਦੱਸੇਗਾ ਗੱਲ ਉਹ ਮੇਰੀ ਫੀਲਿੰਗ ਸਮਝੋ ਮੇਰੀ ਫੀਲਿੰਗ ਸਮਝੋ ਹੁਣ ਕੀ ਗੱਲ ਕਰੇਗਾ ਮਰੇਗਾ ਫਿਰ ਪਤਾ ਲੱਗੇਗਾ ਕੀ ਦੱਸਾਂ ਭਾਈ ਮੈਂ ਤੁਹਾਨੂੰ ਕੀ ਦੱਸਾਂ ਤੁਸੀਂ ਆਪ ਸਮਝਦਾਰ ਹੋ ਤੂੰ ਮੈਂ ਤੁਹਾਨੂੰ ਛੇਲ ਉਹ ਦੱਸ ਅੱਲਾ ਦੀ ਕਸਮ ਮੈਂ ਤੁਹਾਨੂੰ ਉਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਕਸਮ ਤੇ ਗੱਲ ਮੈਂ ਤੈਨੂੰ ਉਹੀ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਕਿੰਨੀ ਦੇਰ ਹੋ ਗਈ ਏ ਬੋਬੀ ਉਹ ਤੁਸੀਂ ਮੇਰੇ ਵੱਡੇ ਭਰਾ ਦੇ ਛੋਟੇ ਦੀ ਫੀਲਿੰਗ ਸਮਝੋ ਉੱਜੜ ਗਿਆ ਤੁਹਾਡਾ ਭਰਾ ਉੱਜੜ ਗਿਆ ਬੋਬੀ ਮੈਨੂੰ ਕਦੀ ਵੇਖਿਆ ਕਿਸੇ ਦਾ ਹੱਥ ਵੇਖ ਕੇ ਮੈਂ ਦੱਸਦਾ ਹੋਵਾਂਗੀ ਤੇਰਾ ਕਾਰੋਬਾਰ ਤੇਰੇ ਬੰਨੇ ਆ ਤੇਰੇ ਹਾਲਾਤ ਖਰਾਬ ਨੇ ਉਹ ਦੱਸਣਾ ਮਰਨਾ ਪੈਂਦਾ ਹੁੰਦਾ ਰਜੂਮੀ ਜਾ ਮੈਂ ਹੈ ਦੱਸਣਾ ਪੈਂਦਾ ਕਿ ਪਾਇਨਾ ਗੱਲ ਬਸ ਮੈਨੂੰ ਗੱਲ ਦੱਸਣ ਲੱਗੇ ਸ਼ਰਮ ਪਹੁੰਚੀ ਹੈ ਕਿ ਨਾ ਸਮਝ ਕਿ ਆਪ ਨੂੰ ਪਤਾ ਲੱਗ ਜਾਏਗਾ ਮੈਨੂੰ ਸਾਰਾ ਬਸ ਪਾਇਨ ਮੈਂ ਤੁਹਾਡੇ ਨਾਲ ਜ਼ਿਆਦਾ ਗੱਲਾਂ ਨਹੀਂ ਕਰਨਾ ਚਾਹੁੰਦਾ ਹੈ ਹਾਂ ਹਾਂ ਨਹੀਂ ਨਹੀਂ ਗੱਲ ਤੁਸੀਂ ਬੜੀ ਛੋਟੀ ਕੀਤੀ ਬਿਲਕੁਲ ਸਹੀ ਗੱਲ
ਮੈਂ ਤੁਹਾਨੂੰ ਹੋਰ ਕੀ ਦੱਸਾਂ, ਮੈਂ ਤੁਹਾਡਾ ਸਿਰ ਨਹੀਂ ਖਾਣਾ ਚਾਹੁੰਦਾ ਬਸ ਮੈਂ। ਨਹੀਂ 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 ਨਹੀਂ, ਇਹ ਜਿਹੜਾ ਤੂੰ ਗੱਲ ਕਰ ਰਿਹਾ ਨਾ, ਇਹ ਵਕੂਆ ਤੂੰ ਕਰ ਬੈਠਾ, ਡੇਢ ਘੰਟੇ ਤੋਂ ਖਪਾ ਰਿਹਾ ਤੂੰ ਮੈਨੂੰ, ਹਾਲੇ ਤੂੰ ਮੇਰਾ ਸਿਰ ਨਹੀਂ ਖਾਣਾ। ਇਹ ਕੰਮ ਹੋ ਚੁੱਕਿਆ ਬੜੀ ਦੇਰ ਪਹਿਲੇ ਦਾ, ਤੁਹਾਨੂੰ ਨਹੀਂ ਦੱਸਣਾ ਤਾਂ ਮੈਂ ਕਿਹਨੂੰ ਦੱਸਣਾ। ਤੂੰ ਬਾਹਰ ਨਿਕਲਦਾ ਉੱਥੇ ਰੋਡ 'ਤੇ ਖਲੋ ਜਾ ਕੇ ਗੱਡੀਆਂ ਰੋਕ ਰੋਕ ਲੋਕਾਂ ਨੂੰ ਦੱਸ ਕਿ ਭਾਅ ਜੀ ਮੇਰੇ ਆ ਗੱਲ। ਹਾਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ, ਮੇਰੀ ਸਮਝ ਮੇਰਾ ਕਰ ਗਈ ਹੋ ਸਾਰਾ ਕੁਝ, ਮੈਨੂੰ ਦੱਸੇਗਾ ਮਰੇਗਾ ਤੇ ਪਤਾ ਲੱਗੇਗਾ। ਛੱਡ ਗਈ ਕੀ ਹੈ? ਹਾਂ ਛੱਡ ਕੇ ਚਲੇ ਗਈ ਮੈਨੂੰ। ਛੱਡ ਕੇ ਚਲੇ ਗਈ? ਹਾਂ ਨਰਾਜ਼ ਹੋ ਗਏ? ਬਸ ਸਾਰਾ ਕੁਝ ਹੀ ਛੱਡ ਕੇ ਚਲੀ ਗਈ ਹੈ ਬਸ। ਰੁਸ ਕੇ ਗਈ? ਰੁਸ ਕੇ ਗਈ। ਅੱਛਾ ਤੂੰ ਅਸੀਂ ਪਰੇਸ਼ਾਨ ਕਿਵੇਂ? ਪਹਿਲੀ ਵਾਰੀ ਗਈ, ਇਹ ਮਹੀਨੇ 'ਚ ਤਿੰਨ ਵਾਰੀ ਤੇਰੇ ਘਰ ਹੁੰਦਾ ਕੰਮ। ਬਸ ਫਿਰ ਐਤਕੀ ਸਭ ਤੋਂ ਵੱਡਾ ਹੋ ਗਿਆ ਹੈ, ਚਲੇ ਗਈ ਛੱਡ ਕੇ। ਓਏ ਹੋਏ ਹੋਏ, ਸਮਾਨ ਵੀ ਲੱਗੀ ਸਾਰਾ ਨਾਲ? ਬਸ ਪੁੱਛੋ ਨਾ ਕੁਛ, ਛੱਡ ਕੇ ਚਲੀ। ਉਹ ਮੈਂ ਪੁੱਛਣਾ ਮੇਰਾ ਘਰ ਬਰਬਾਦ ਕਰਕੇ ਚਲੀ ਗਈ ਉਹ, ਉਹ ਕਿੱਥੇ ਗੱਲ ਤੋਂ ਬਹਿ ਗਈ ਨਹੀਂ ਕੀ ਦੱਸਾਂ। ਬਸ ਉਹ ਚਲੀ ਗਈ, ਗੱਲ ਇੱਕ ਹੋਵੇ, ਬਸ ਉਹ ਕਰ ਗਈ, ਉਹ ਬਰਬਾਦ ਕਰ ਗਈ ਜ਼ਿੰਦਗੀ ਮੇਰੀ। ਹਾਏ ਹਾਏ, ਮੈਂ ਤੁਹਾਨੂੰ ਲਫ਼ਜ਼ਾਂ 'ਚ ਨਹੀਂ ਇਹ ਦੱਸ ਸਕਦਾ ਪਾ। ਤੈਨੂੰ ਲਫ਼ਜ਼ਾਂ 'ਚ ਦੱਸਣਾ ਪੈਣਾ ਸ਼ਾਇਦ ਨਹੀਂ ਸਮਝਣਾ। ਨਹੀਂ ਨਹੀਂ ਨਹੀਂ, ਦੱਸਣਾ ਪੈਣਾ ਲਫ਼ਜ਼ਾਂ 'ਚ ਪਾ, ਚਲੋ ਤੇ ਉਹ ਬੜਾ ਕੁਛ ਕਰ ਗਈ। ਠੀਕ, ਬੜਾ ਕੁਛ ਕਰ ਗਈ, ਬਸ ਉਹ ਚਲੀ ਗਈ। ਉਹ ਵੀ ਮੈਨੂੰ ਦੱਸਦੇ ਹੋਇਆ ਕੀ ਹੈ? ਤਾਂ ਦੱਸਣ ਦਿੰਦੇ ਉਹ ਚਲੀ ਗਈ ਹੈ। ਚਲੀ ਗਈ? ਹਾਂ ਚਲੇ ਗਈ। ਕਿਹੜੀ ਗੱਲ ਤੋਂ ਬਈ, ਮਤਲਬ ਜਦੋਂ ਬਹੁਤ ਕਰਨ ਦਿਲ ਕਰਦੇ ਆ ਜੀ। ਹਾਂ ਉਹਨੂੰ ਕਿਸੇ ਨੇ ਕਿਹਾ ਕਿ ਪੈਦਲ ਫਿਰਿਆ ਕਰ, ਬਸ ਚਲੇ ਗਈ ਹੈ ਸਮਝੋ। ਹੈ ਚਲੇ ਗਈ? ਓਏ ਹੋਏ ਹੋਏ, ਪਾਣੋਂ ਨੇ ਚਲੇ ਜਾਣਾ ਸੀ, ਉਹਨੇ ਪੂਰਾ ਜ਼ੇਨ ਬਣਾਇਆ ਸੀ ਗਾਉਣ ਦਾ। ਤੇ ਤੈਨੂੰ ਜ਼ਰਾ ਵੀ ਸ਼ੱਕ ਨਹੀਂ ਹੋਇਆ ਕਿ ਇਹ ਕੀ ਕਰਦੀ ਫਿਰਦੀ ਹੈ ਜਾਂ ਇਹਨੇ ਕਿਤੇ ਜਾਣਾ ਹੈ? ਬਸ ਹੈ ਅੰਨਾ ਸਾਂ, ਉਹਦੇ ਪਿਆਰ ਚ ਅੰਨਾ ਸਾਂ। ਓਏ ਹੋਏ, ਛੱਡ ਕੇ ਚਲੀ ਗਈ ਮੈਨੂੰ ਰੋਂਦੇ, ਬਸ ਉਹ ਹੁਣ ਪਹੁੰਚ ਗਈ ਹੋਣੀ ਇਸ ਤਰ੍ਹਾਂ। ਤੇ ਤੂੰ ਹੁਣ ਐਸੇ ਪਹੁੰਚ ਗਈ ਹੋਣੀ। ਹਾਂ ਤੇ ਤੂੰ ਮਗਰ ਜਾਣਾ ਸੀ ਕਿ ਮੈਨੂੰ ਦੱਸਣ ਆ ਗਿਆ ਗੱਲ? ਮੈਂ ਮਗਰ, ਮੈਂ ਕਿਵੇਂ ਜਾਂਦਾ ਮਗਰ? ਬਸ ਉਹ ਕਰ ਗਈ ਬਰਬਾਦ ਮੈਨੂੰ। ਕੀ ਬਰਬਾਦ ਕਰ ਗਈ? ਬੋਬੀ ਤੇਰਾ ਮਤਲਬ ਸ਼ਨਾਤੀ ਕਰਨ ਲੱਗੀ ਨਾਲ ਤੇਰਾ, ਤੇਰਾ ਪਾਸਪੋਰਟ ਲੱਗੀ, ਤੇਰਾ ਤੇਰੇ ਡਾਕੂਮੈਂਟ ਲੱਗ ਗਏ, ਤੇਰੀ ਪੰਚਾਇਤ ਦੀ ਪਰਚੀ ਲੱਗ ਗਈ ਤੇਰੀ। ਉਹ ਮੇਰੇ ਕੋਲ ਲਫ਼ਜ਼ ਨਹੀਂ ਹੈਗੇ। ਬੋਬੀ ਤੈਨੂੰ ਛੱਡ ਗਈ? ਇਹਦਾ ਛੱਡ ਗਈ? ਤੂੰ ਮੇਰਾ ਪੁੱਤਰ ਮੈਨੂੰ ਛੱਡ ਗਿਆ, ਉੱਠ ਇੱਥੋਂ, ਚੱਲ ਸ਼ਾਬਾਸ਼। ਉਹ ਮੇਰੇ ਵੱਡੇ ਹੋ, ਦਿਮਾਗ ਖਰਾਬ ਕਰ ਰਹੇ ਮੇਰਾ, ਤੁਸੀਂ ਮੇਰੇ ਵੱਡੇ ਹੋ, ਮੇਰੇ ਮਸਲੇ ਦਾ ਹੱਲ ਤੁਸੀਂ ਕਰਨਾ। ਕੋਈ ਕੋਈ ਗੱਲ ਹੁੰਦੀ ਹੈ ਘਰ ਦੇ ਵਿੱਚ, ਕੋਈ ਵਜ੍ਹਾ ਬਣਦੀ ਹੈ, ਕੋਈ ਤਕਲੀਫ ਹੁੰਦੀ ਹੈ, ਫਿਰ ਹੀ ਬੰਦਾ ਜਾਂਦਾ ਮਰਦਾ ਕਿਤੇ। 1001 ਵਜ੍ਹਾ ਪਰ ਆਈ ਦੀ ਵਜ੍ਹਾ ਸਭ ਤੋਂ ਵੱਡੀ। ਉਹ ਮੇਰਾ ਤੂੰ ਦਿਮਾਗ ਖਪਾਤਾ ਹੈ ਉਹ ਵੀ। ਓਏ ਮੈਂ ਤੈਨੂੰ ਹੁਣ ਮਾਰਾਂਗਾ, ਮੈਂ ਤੈਨੂੰ ਸਹੀ ਕਹਿ ਰਿਹਾ, ਮੈਂ ਪਹਿਲੇ ਬੜਾ ਖਿਜਿਆ ਤੇਰੀ ਮਿਹਰਬਾਨੀ, ਮੈਨੂੰ ਕੁਝ ਆਖ। ਤੇ ਜੋ ਮੇਰੇ ਨਾਲ ਹੋਈ, ਤੁਹਾਨੂੰ ਪਤਾ ਮੇਰੇ ਸਾਲੇ ਸ਼ਾਦੀ ਹੈ, ਮੇਰੇ ਸਾਲੇ ਦੀ ਸ਼ਾਦੀ। ਓਏ ਆਹੋ ਮੈਨੂੰ ਪਤਾ ਹੈ, ਮੈਂ ਵੀ ਜਾਣਾ ਹੀ ਹੈ। ਹਾਂ ਬਸ ਉਹ ਸ਼ਾਦੀ ਦੀ ਗਵਾਣੀ ਤੂੰ ਨਾ, ਤੈਨੂੰ ਕੀ ਤਕਲੀਫ ਹੋਈ ਸ਼ਾਦੀ? ਤਕਲੀਫ ਉਹ ਮੇਰਾ ਸਭ ਕੁਝ ਬਰਬਾਦ ਕਰਕੇ ਚਲੀ ਗਈ। ਓਏ ਹੋਏ, ਤੇਰਾ ਸਿਰ ਲੱਗੀ ਨਾਲ, ਤੇਰੀ ਮਾਲਾ ਲੱਗੀ, ਸ਼ੇਰਵਾਨੀ ਲੱਗੀ, ਤੇਰੀ ਕੀ ਲੱਗੀ? ਤੇਰਾ ਛੱਡਿਆ ਹੀ ਕੱਖ ਨਹੀਂ ਉਹਨੇ, ਮੇਰੇ ਛੱਡਿਆ ਹੀ ਕੱਖ ਨਹੀਂ। ਓਏ ਯਾਰ ਕੀ ਤਰੱਕੀ ਲੈ ਕੇ ਗਈ, ਤੇਰੀ ਤਲਾਸ਼ੀ ਤੇ ਨਹੀਂ ਲੱਗੀ, ਤੇਰੇ ਕੋਲ ਹੁੰਦਾ ਹੀ ਕੱਖ ਨਹੀਂ। ਅੱਛਾ ਤੇਰੇ ਸਾਲੇ ਦਾ ਵਿਆਹ? ਹਾਂਜੀ ਮੇਰੇ ਸਾਲੇ ਦਾ ਵਿਆਹ। ਖੁਸ਼ੀ ਗਮੀ ਕਦੀ ਛੱਡੀ ਤੇਰੀ? ਸੋਰੀ, ਮੈਂ ਅੱਜ ਤੱਕ ਕੋਈ ਖੁਸ਼ੀ ਗਮੀ ਨਾ ਫੌਤ ਗਈ ਜੋ ਉਹਨੇ ਕਹਿਣਾ ਹੁੰਦਾ ਸੀ। ਬੈਠਾ ਮੇਰੀ ਬਰਦਾਸ਼ਤ ਜਵਾਬ ਦੇ ਯਾਰ, ਮੈਨੂੰ ਦੱਸ ਦੇ, ਮੈਂ ਤੁਹਾਨੂੰ ਸਹੀ ਕਹਿ ਰਿਹਾ। ਬਸ ਮੈਨੂੰ ਨੀ ਪਤਾ, ਤੁਸੀਂ ਹੱਲ ਕੱਢੋ, ਤੁਸੀਂ ਹੱਲ ਕੱਢੋ। ਅੱਛਾ ਮਾਮਲਾ ਤੂੰ ਖਰਾਬ ਕਰੇ, ਹੱਲ ਮੈਂ ਕਿਹੜਾ ਹੱਲ? ਉਹ ਵੱਡੇ ਹੋ ਤੁਸੀਂ, ਉਹ ਤੂੰ ਮੈਨੂੰ ਆਈ ਆ ਸਭ ਸਮਝਿਆ, ਛੋਟੇ ਕੰਮ ਖਰਾਬ ਕਰਦੇ ਕਿਉਂ? ਆਪੇ ਬਕਵਾਸ ਕਰਨੀ ਚਾਹੀਦੀ ਹੈ। ਤੇਰੇ ਘੇੜੇ ਨੂੰ ਇਸ ਗੱਲ ਤੋਂ ਖਪਾ ਜਾਣਾ, ਤੈਨੂੰ ਕੋਈ ਗੈਰ ਖਜਾਨ ਵਾਲੀ ਕੋਈ ਚੀਜ਼ ਹੈ ਕਿ ਤੇਰੇ ਵਿੱਚ? ਜੇ ਖਾਣਾ ਖਰਾਬ ਦਿਆ ਪੁੱਤਰਾ, ਮੈਂ ਕਹਿੰਦਾ ਲੜਕੇ ਚਲੇ ਗਈ, ਆਈ ਮੇਰੀ ਜ਼ਿੰਦਗੀ ਖਰਾਬ ਕਰ ਗਈ, ਮੇਰੇ ਕੱਪੜੇ ਲੈ ਗਈ, ਮੇਰੀਆਂ ਜੁੱਤੀਆਂ ਲੈ ਗਈ, ਮੇਰਾ ਬੈਂਕ ਬੈਲੈਂਸ ਲੈ ਗਈ, ਹੈਂ ਮੇਰੇ ਡਾਕੂਮੈਂਟਸ ਲੈ ਗਈ,
और तेरी बर्बादी तो लागत बेशुमार तो लाल मेरे सुनने भी लागत तो हजार नहीं मतलब आपस की गल है।